ਹਾਂਜੀ ਜੀ ਸਰਮੇ ਪਰ ਵੀ ਸਾਥਰੀ ਕਾ ਦਾ ਮੈਂ ਕਰੀ ਫੇਰ ਉਹ ਕਿ ਕੋਰੋਨਾ ਵਾਇਰਸ ਦਾ ਅਪਡੇਟ ਲੈ ਕੇ ਆਇਆ ਜੀ ਮੈਂ ਕੋਰੋਨਾ ਵਾਇਰਸ ਦਾ ਅਪਡੇਟ ਇਸ ਲਈ ਕਹਿ ਰਿਹਾ ਕਿਉਂਕਿ ਕੋਰੋਨਾ ਵਾਇਰਸ ਹੀ ਇੱਕ ਖੁਸ਼ੀ ਦੀ ਖਬਰ ਲੈ ਕੇ ਆਇਆ ਕਿ ਇੱਥੇ ਜਿਹੜੇ ਕੱਚੇ ਬੰਦੇ ਨੇ ਆਪਣੀ ਇਟਲੀ ਵਿੱਚ ਘੱਟੋ ਘੱਟ 5 ਲੱਖ ਬੰਦਾ ਸ਼ਾਇਦ ਪੱਕਾ ਕੀਤਾ ਜਾਏਗਾ ਇਹ ਜੀ ਤੁਹਾਨੂੰ ਜਿਦਾ ਕਿ ਪਤਾ ਹੀ ਹੈ ਕਿ ਬਹੁਤ ਦਿਨਾਂ ਤੋਂ ਬਹੁਤ ਹਫ਼ਤਿਆਂ ਤੋਂ ਇਹ ਗੱਲ ਚੱਲ ਰਹੀ ਸੀ ਆਪਣੀ ਜਿਹੜੀ ਬੈਲਾਨੋਵਾ ਖੇਤੀਬਾੜੀ ਦੀ ਮੰਤਰੀ ਆ ਉਹਨੇ ਮੁੱਦਾ ਉਠਾਇਆ ਸੀਗਾ ਜਿਹੜੇ ਕੱਚੇ ਬੰਦੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਆ ਜਿਹੜੀ ਤੁਹਾਡੇ ਸਾਹਮਣੇ ਸਕਰੀਨ ਆ ਰਹੀ ਹੈ ਇਹਦੇ ਵਿੱਚ ਸਾਫ਼ ਲਿਖਿਆ ਹੋਇਆ ਜੀ ਕਿ ਕਿਉਂ ਮੈਂ ਸਕਰੀਨਾਂ ਇਸ ਲਈ ਪਾ ਰਿਹਾ ਮੈਂ ਸਿੱਧੀ ਸਿਰਫ ਬੋਲ ਕੇ ਖ਼ਬਰ ਪਾ ਸਕਦਾ ਸੀਗਾ ਇਸ ਲਈ ਪਾ ਰਿਹਾ ਤਾਂ ਜੋ ਕਈ ਵਾਰੀ ਲੋਕੀ ਕਮੈਂਟ ਕਰ ਦਿੰਨੇ ਬਹੁਤ ਮੇਰੇ ਵੀਰ ਕਮੈਂਟ ਕਰ ਦਿੰਨੇ ਕਿ ਤੁਹਾਨੂੰ ਖ਼ਬਰ ਕਿੱਥੋਂ ਮਿਲੀ ਆ ਜਾਂ ਤੁਸੀਂ ਝੂਠ ਬੋਲਦੇ ਆ ਕਿ ਜੋ ਵੀ ਤੁਹਾਨੂੰ ਪਤਾ ਹੀ ਆ ਕਈ ਕਈ ਬੋਲ ਜਾਂਦੇ ਨੇ ਇਸ ਕਰਕੇ ਮੈਂ ਸਕਰੀਨਾਂ ਪਾ ਰਿਹਾ ਕਿ ਇਹ ਸੱਚੀ ਖ਼ਬਰ ਹੈ ਰਿਪਬਬਲਿਕਾ ਦੀ ਸਾਈਟ ਤੇ ਆਈ ਹੈ ਜੀ ਰਿਪਬਬਲਿਕ ਇੱਕ ਅਫੀਸ਼ਲ ਸਾਈਟ ਹੈ ਆਪਣੀ ਇਟਲੀ ਦੀ ਉਹ ਤੁਸੀਂ ਜਾ ਕੇ ਕੋਈ ਵੀ ਜਾਣਾ ਜਿਹਨੂੰ ਇਟਾਲੀਅਨ ਨਹੀਂ ਵੀ ਆਉਂਦੀ ਉਹ ਵੀ ਜਾ ਕੇ ਇੱਥੇ ਤੇ ਜੀ ਤੁਹਾਨੂੰ ਜਿਹਦਾ ਪਤਾ ਕਿ ਇਹ ਬਹੁਤ ਸਮੇਂ ਤੋਂ ਗੱਲ ਚੱਲ ਰਹੀ ਸੀਗੀ ਇਹਦੀ ਮੈਨੂੰ ਬਹੁਤ ਜਣੇ ਨੇ ਪੁੱਛੇ ਸੀਗਾ ਜੀ ਤੇ ਹੁਣ ਜਿਹੜੀ ਬੈਲਾ ਨੋਵਾ ਹੈ ਉਹਨੇ ਇਹ ਮੁੱਦਾ ਉਠਾਇਆ ਸੀਗਾ ਤੁਹਾਨੂੰ ਪਤਾ ਹੀ ਆ ਤੇ ਉਹਦੇ ਪੱਖ ਵਿੱਚ ਜਿਹੇ ਮੁੱਦਾ ਆਇਆ ਹੈ ਅਜੇ ਤੱਕ ਦਿੱਕਤ ਇਹ ਤੋਂ ਆਇਆ ਨਹੀਂ ਕਹਿੰਦੇ ਨੇ ਸ਼ਾਇਦ ਜੂਨ ਵਿੱਚ ਮਤਲਬ ਕਿ ਦਮਾਂ ਦੇ ਹੋਣੇ ਸ਼ੁਰੂ ਹੋਣ ਬਾਕੀ ਜੂਨ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਸ਼ਾਇਦ ਤੇ ਬਾਕੀ ਜਦੋਂ ਵੀ ਮੈਨੂੰ ਆਫੀਸ਼ੀਅਲ ਮਤਲਬ ਕਿ ਜਿਹੜੀ ਐਗਜ਼ੈਕਟ ਡੇਟ ਮਿਲ ਜੂਗੀ ਕਦੋਂ ਤੁਸੀਂ ਅਪਲਾਈ ਕਰ ਸਕਦੇ ਮੈਂ ਉਹਦੇ ਬਾਰੇ ਵੀ ਵੀਡੀਓ ਪਾ ਦਾਂਗਾ ਲੇਕਿਨ ਇਹਨਾਂ ਤੋਂ ਮੈਂ ਦੱਸਦਾ ਜਿਹੜੇ ਐਗਰੀਕਲਚਰ ਦਾ ਕੰਮ ਕਰਦੇ ਕੋਲ ਫਰ ਦਾ ਕੰਮ ਕਰਦੇ ਸੀਗੇ ਬਦਾਂਦ ਦਾ ਕੰਮ ਕਰਦੇ ਸੀ ਜਿਹੜੇ ਬਲੈਕ ਚ ਕੰਮ ਕਰਦੇ ਸੀਗੇ ਉਹ ਬੰਦੇ ਘੱਟੋ ਘੱਟ 5 ਲੱਖ ਬੰਦਾ ਉਹ ਪੱਕਾ ਕਰਨਗੇ ਜੀ ਬਟ ਅਜੇ ਵੀ ਜਿਹੜੇ ਐਮ 5 ਐਸ ਪਾਰਟੀ ਵਾਲੇ ਨੇ ਉਹ ਓਪੋਜੀਸ਼ਨ ਓਪੋਜ਼ਿਟ ਸਾਈਡ ਨੇ ਇਸ ਫੈਸਲੇ ਦੇ ਕਿਉਂਕਿ ਉਹ ਕਹਿ ਰਹੇ ਨੇ ਕਿ ਇਹ ਤੁਸੀਂ ਕ੍ਰਾਈਮ ਨੂੰ ਬਚਾ ਰਹੇ ਹੋ ਕਿਉਂਕਿ ਜਿਹੜੇ ਕੱਚੇ ਬੰਦੇ ਨੂੰ ਕੋ ਕੰਮ ਕਰਾਉਂਦੇ ਸੀ ਉਹਨਾਂ ਦਾ ਫਾਇਦਾ ਲੈਂਦੇ ਸੀਗੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ ਬਟ ਇਹਦਾ ਇਹ ਮਤਲਬ ਨਹੀਂ ਕਿ ਉਹ ਇਹਦੇ विरोध ਨੇ मतलब की ਇਹ ਬੱਚੇ ਬੰਦੇ ਨੂੰ ਪੱਕਾ ਨਹੀਂ ਕਰਨਾ ਚਾਹੁੰਦੇ। ਬਾਕੀ ਜਿੱਦਾਂ ਮਰਜੀ ਹੈ ਜੀ ਆਪਣੀ ਜਿਹੜੀ ਬੈਲਾ ਨੋਵਾ ਪ੍ਰਧਾਨ ਮੰਤਰੀ ਹੈ ਸੋਰੀ ਪ੍ਰਧਾਨ ਮੰਤਰੀ ਨਹੀਂ ਜਿਹੜੀ ਮੰਤਰੀ ਹੈ ਖੇਤੀਬਾੜੀ ਦੀ ਉਹਨੂੰ ਜ਼ਿਆਦਾ ਵੋਟਾਂ ਪਈਆਂ ਨੇ ਤੇ ਉਹ ਜਿੱਤ ਗਈ ਹੈ ਤੇ ਜੂਨ ਵਿੱਚ ਆਸ ਕਰਦੇ ਆ ਕਿ ਇਹ ਜਿਹੜੇ ਪੇਪਰ ਭਰਨੇ ਸ਼ੁਰੂ ਹੋ ਜਾਣ। ਬਾਕੀ ਜੀ ਜਿਹੜੀ ਬੈਲਾ ਨੋਵਾ ਹੈ ਇਹਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਇਸ ਲੜਾਈ ਵਿੱਚ ਕਿਉਂਕਿ ਉਹਨੂੰ ਸੋਸ਼ਲ ਮੀਡੀਆ ਤੇ ਬਹੁਤ ਗਾਲਾਂ ਵੀ ਕਢੀਆਂ ਗੀਆਂ ਲੋਕਾਂ ਨੇ ਬਹੁਤ ਗਲਤ-ਗਲਤ ਬੋਲਿਆ ਉਹਨੂੰ ਤੇ ਉਹ ਤੇ ਇਸ ਤੱਕ ਪੁੱਜ ਗਈ ਸੀਗੀ ਕਿ ਉਹ ਆਪਣੇ ਪਦਰ ਤੋਂ ਅਸਤੀਫਾ ਦੇਣਾ ਚਾਹੁੰਦੀ ਸੀ ਕਹਿੰਦੀ ਸੀ ਜੇ ਤੁਸੀਂ ਇਹ ਜਿਹੜਾ ਦੇcreto ਐ ਪਾਸ ਨਹੀਂ ਕਰਦੇ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਤੇ ਮੈਂ ਆਪਣੇ ਪਦਰ ਤੋਂ ਅਸਤੀਫਾ ਦੇ ਦੇਣਾ ਹੈ ਤੇ ਚਲੋ ਜਿੱਦਾਂ ਮਰਜੀ ਹੈ ਰੱਬ ਨੇ ਉਹਦੀ ਸੁਣੀ ਤੁਹਾਡੀ ਸਾਰੇ ਨਹੀਂ ਸੁਣੀ ਤੇ ਇਹ ਜਿਹੜਾ ਕੇਸ ਉਹਦੇ ਪੱਖ ਵਿੱਚ ਆਇਆ ਤੇ ਜੀ ਇੱਕ ਜਦ ਆਪਣੀ ਪੀਡੀ ਪਾਰਟੀ ਆ ਉਹਨਾਂ ਨੇ ਵੀ ਕਿਹਾ ਕਿ ਸਿਰਫ ਐਗਰੀਕਲਚਰ ਵਾਲੇ ਬੰਦੇ ਨੂੰ ਨਹੀਂ ਉਹਨਾਂ ਨੇ ਇਹਨਾਂ ਨੇ ਹੀ ਜਿਹੜੀ ਆਪਣੀ ਬੈਨਲੋਵਾ ਹੈ ਉਹਨਾਂ ਨੇ ਸਿਰਫ ਐਗਰੀਕਲਚਰ ਦੇ ਬੰਦੇ ਨੂੰ ਕਿਹਾ ਸੀਗਾ ਬਟ ਪੀਡੀ ਵਾਲੇ ਨੇ ਕਿਹਾ ਕਿ ਅਸੀਂ ਕੋਲਫ ਬਦਾਂਤੇ ਜਿਹੜੇ ਘਰ ਦੇ ਘੇਟੇਗਾ ਦਾ ਕੰਮ ਕਰਦੇ ਨੇ ਉਹਨਾਂ ਨੂੰ ਵੀ ਪੱਕਾ ਕੀਤਾ ਜਾਵੇ ਤੇ ਪੰਜ ਸਟੇਲ ਜਿਹੜੇ ਆ ਜੀ ਉਹਨਾਂ ਨੇ ਕਿਹਾ ਕਿ ਜਿਹੜੀ ਪਰਮਿਟਸੋ ਹੈ ਜਿਹੜੀ ਦੇਣੀ ਆ ਉਹ ਪਰ ਉਤਨ ਪਰਮਿਟਸੋ ਇਸ ਜੋ ਨੂੰ ਨਹੀਂ ਮਿਲੂਗੀ ਤੁਹਾਨੂੰ ਇੱਕ ਪਰਮਿਟਸੋ ਮਿਲੂਗੀ 6 ਮਹੀਨੇ ਵਾਸਤੇ ਕੰਮ ਲੱਭਣ ਲਈ ਤੇ ਉਹ ਉਹਨੂੰ ਮਿਲੂਗੀ ਸਿਰਫ ਜਿਹਨੂੰ ਇੱਕ ਇਨਸਪੈਕਟਰ ਭੇਜਿਆ ਜਾਊਗਾ ਕੰਮ ਵੱਲੋਂ ਜਿਹੜਾ ਕਿ ਤੁਹਾਡੀ ਪੁਸ਼ਟੀ ਕਰੇਗਾ ਕਿ ਤੁਸੀਂ ਉਸ ਸੈਕਟਰ ਵਿੱਚ ਉਸ ਭਾਗ ਵਿੱਚ ਉਸ ਵਿਭਾਗ ਵਿੱਚ ਤੁਸੀਂ ਪਹਿਲਾਂ ਕੋਈ ਕੰਮ ਕੀਤਾ ਹੋਇਆ ਜਾਂ ਨਹੀਂ ਕੀਤਾ ਹੈ ਜੇ ਤੁਸੀਂ ਉਸ ਵਿਭਾਗ ਵਿੱਚ ਕੰਮ ਕੀਤਾ ਹੈ ਜਿਹਦਾ ਖੇਤੀਬਾੜੀ ਦਾ ਕੰਮ ਲਾ ਲੋ ਤੁਸੀਂ ਉਹ ਚ ਖੇਤੀਬਾੜੀ ਦਾ ਕੰਮ ਕੀਤਾ ਹੋਇਆ ਤੇ ਉਹ ਤੁਹਾਡਾ ਪੂਰਾ ਇਨਸਪੈਕਟ ਕਰੇਗਾ ਤੇ ਪੁੱਛੇਗਾ ਦਤੋਰੀ ਲੇਬਰ ਨੂੰ ਮਤਲਬ ਮਾਲਕ ਨੂੰ ਕਿ ਇਹਨੇ ਤੁਹਾਡੇ ਕੋਲ ਕੰਮ ਕੀਤਾ ਹੋਇਆ ਪਹਿਲੇ ਤੇ ਉਸ ਹਿਸਾਬ ਨਾਲ ਉਸ ਬੇਸ ਤੇ ਤੁਹਾਨੂੰ ਜਿਹੜੀ ਇਹ 6 ਮਹੀਨੇ ਦੀ ਪਰਮਿਟ ਦਿੱਤੀ ਜਾਊਗੀ ਜੋ ਕਿ ਬਾਅਦ ਵਿੱਚ ਤੁਸੀਂ ਰੀਨਿਊ ਕਰਾ ਸਕਦੇ ਹੋ ਨੋਰਮਲ ਜਿਹੜੀ ਕੰਟਰੈਕਟ ਹੁੰਦੇ ਆ ਉਹਦੀ ਇਸ ਜੋਨ ਵਿੱਚ ਤੇ ਜਿੱਦਾਂ ਕਿ ਤੁਹਾਨੂੰ ਮੈਂ ਪਹਿਲੇ ਦੱਸ ਰਿਹਾ ਸੀਗਾ ਜੀ ਕਿ ਲਗਭਗ 5 ਲੱਖ ਬੰਦੇ ਉਹ ਇੱਥੇ ਪੱਕੇ ਕਰਨਗੇ ਉਹੀ ਇਸ ਜਿਹੜੀ ਤੁਹਾਡੇ ਸਾਹਮਣੇ ਆ ਰਹੀ ਹੈ ਸਕਰੀਨ ਇਹਦੇ ਵਿੱਚ ਦੱਸ ਰਹੇ ਨੇ ਕਿ ਲਗਭਗ 505 ਲੱਖ ਬੰਦੇ ਪੱਕੇ ਕੀਤੇ ਜਾਣਗੇ ਲੇਕਿਨ ਦੋ ਟਾਈਪ ਨਾਲ ਦੋ ਬੇ ਹੋਣਗੇ ਪੱਕੇ ਹੋਣ ਦੇ ਪਹਿਲੇ ਜਿਨ੍ਹਾਂ ਕੋ ਕੋਈ ਕੰਮ ਨਹੀਂ ਹੈਗਾ ਜੇ ਕਿਸੇ ਕੋਈ ਕੰਮ ਨਹੀਂ ਕਰ ਰਿਹਾ ਉਹ ਵੀ ਪੱਕੇ ਹੋਣਗੇ ਜਿਹੜਾ ਕੋਈ ਕੰਮ ਨਹੀਂ ਕਰ ਰਿਹਾ ਇੱਥੇ ਲਿਖਿਆ ਹੋਇਆ almeno seconda intesa maturata nella notte e ora tornata in salita sono due quello dei permessi di ricerca di lavoro jehde ki kam labre ne te jehde matlab ki jehde hun koi kam nahi hega oh kam labre ne but ohna ne pehle kam kita hoya Nairobi vich kaam kita hoya par kita hoya te oh jehda inspector tonu main pehle dass reha siga oh to nishanbin karega te os hisab na phir tusi pakke hovoge te ik jehde pehle hi kam kar rahe ne kachche bande kam kar rahe ne kise malik ko ਤੇ ਉਹਦੀ ਪੁਸ਼ਟੀ ਪਸ਼ਟੀ ਹੋ ਗਏ ਜੋ ਮਾਲਕ ਕਹੂਗਾ ਕਿ ਤੁਹਾਨੂੰ ਕਿੰਨੇ ਟਾਈਮ ਲਈ ਮੈਂ ਰੱਖਣਾ ਹੈ ਕੰਮ ਤੇ ਉਸੇ ਹਿਸਾਬ ਨਾਲ ਤੁਹਾਨੂੰ ਸਜੋਰਨ ਦਿੱਤੀ ਜਾਊਗੀ ਤੇ ਉਦੋਂ ਬਾਅਦ ਜੇ ਤੁਹਾਨੂੰ ਜੇ ਹੋਰ ਕੋਈ ਕੰਮ ਮਿਲਦਾ ਜ ਜਦੋਂ ਤੁਹਾਨੂੰ ਇੱਕ ਵਾਰੀ ਸਜੋਰਨ ਨੂੰ ਮਿਲ ਗਈ ਆ ਤੇ ਤੁਹਾਨੂੰ ਕੋਈ ਹੋਰ ਕੰਮ ਮਿਲਦਾ ਕਿਤੇ ਤੁਸੀਂ ਉਸ ਬੇਸ ਤੇ ਬਾਕੀ ਆਪਣੀ ਨਿਊ ਸਜੋਰਨ ਰੀਨਿਊ ਕਰਾ ਸਕਦੇ ਹੋ ਜਦੋਂ ਮਰਜੀ ਇਹ ਤੇ ਸੀਗੀ ਕੱਲ ਦੀ ਨਿਊਜ਼ ਤੇ ਅੱਜ ਮੈਂ ਹੁਣੀ ਵੀਡੀਓ ਬਣਾਉਂਦੇ ਬਣਾਉਂਦੇ ਹੀ ਨਹੀਂ ਖਬਰ ਕੱਢ ਕੇ ਦੇਖੀ ਮੁੜ ਕੇ ਤੇ ਨਵੀਂ ਨਿਊਜ਼ ਫੇਰ ਆ ਗਈ ਆ ਤੇ ਮੈਂ ਉਹਦੇ ਜਿਹੜੇ ਸਲਾਈਡ ਨੇ ਅੱਗੇ ਪਾ ਰਹਿਆਂ ਉਹ ਵੀ ਤੁਸੀਂ ਵੇਖ ਲਿਓ ਤੇ ਉੱਥੇ ਥੋੜੀ ਜਿਆਦਾ ਇਨਫੋਰਮੇਸ਼ਨ ਦਿੱਤੀ ਆ ਹਾਂਜੀ ਤੇ ਇਹ ਹੈ ਜੀ ਅੱਜ ਦੀ ਨਿਊਜ਼ ਇਹਦੇ ਵਿੱਚ ਵੀ ਉਹੀ ਲਿਖਿਆ ਜੀ ਜੋ ਤੁਹਾਨੂੰ ਮੈਂ ਪਹਿਲਾਂ ਦੱਸੂਕਿਆਂ ਜਿਹੜੀ ਬੈਲਨੋਵਾ ਐਗਰੀਕਲਚਰ ਦੀ ਮੰਤਰੀ ਹੈ ਉਹਨੇ ਜਿਹੜਾ ਮੁੱਦਾ ਉਠਾਇਆ ਸੀਗਾ ਉਹਨੂੰ ਜਿਹੜੀ ਸਪੋਰਟ ਕੀਤੀ ਆਪਣੇ ਹੋਮ ਮਿਨਿਸਟਰ ਨੇ ਉਹ ਜਿਹੜਾ ਮੁੱਦਾ ਆ ਉਹ ਪਾਸ ਹੋ ਗਿਆ ਤੇ ਉਹ ਹੁਣ ਜਿਹੜਾ ਨਵਾਂ ਡਿਕ੍ਰੀਟ ਉਹ ਨਵਾਂ ਰੂਲ ਆਣੇ ਨਵਾਂ ਲਾਅ ਆਣ ਆ ਉਹਦੇ ਵਿੱਚ ਇਹਨੂੰ ਐਡ ਕਰ ਦਿੱਤਾ ਗਿਆ ਤੇ ਉਹ ਜਿਹੜਾ ਲਾਅ ਹੈ ਉਹ ਅਗਲੇ ਕੁਝ ਘੰਟੇ ਤੱਕ ਆ ਰਿਹਾ ਆਫੀਸ਼ੀਅਲੀ ਬਾਹਰ ਤੇ ਉਹ ਉਹਦੋਂ ਦੋਂ ਇਹ ਸਭ ਕੁਝ ਆਫੀਸ਼ਲ ਹੋ ਜਾਊਗਾ ਪੱਕੇ ਹੋਣੇ ਸਾਰੇ ਬੰਦੇ ਇਦੇ ਵਿੱਚ ਲਿਖਿਆ ਲਾਰ ਰੈਗੂਲੇਟਰੀ ਰਿਕਵੈਸਟ ਆਨਕ ਦੇ ਐਸੋਸੀਏਸ਼ਨ ओके ਇੱਥੇ ਵਿੱਚ ਲਿਖਿਆ ਜਿਹੜੇ ਆਪਣੀ ਇੱਕ ਐਸੋਸੀਏਸ਼ਨ ਹੈ ਇਥੇ ਐਗਰੀਕਲਚਰ ਵਾਲਿਆਂ ਦੀ ਉਹਨਾਂ ਨੇ ਮੰਗ ਕੀਤੀ ਹੈ ਕਿ ਜਿਹੜੀ ਸਜੋਰ ਨੂੰ ਹੈ ਉਹ 3 ਜਾਂ 6 ਮਹੀਨੇ ਦੀ ਨਾ ਦਿੱਤੀ ਜਾਵੇ ਕਿਉਂਕਿ 3 ਜਾਂ 6 ਮਹੀਨੇ ਦੀ ਗੱਲ ਚੱਲ ਰਹੀ ਸੀ ਕਿ ਉਹ ਕਹਿੰਦੇ ਕਿ ਘੱਟੋ ਘੱਟ 1 ਸਾਲ ਦੀ ਦਿੱਤੀ ਜਾਵੇ ਸਜੋਰ ਨੂੰ ਸਾਰਿਆਂ ਨੂੰ ਤੇ ਇਸ ਦੇ ਕਿਰਤਨੋ ਜੀ ਇਸ ਲਾਅ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਪਹਿਲਾ ਇਹ ਹੈ ਜੀ ਕਿ ਜਿਹੜੇ ਬੰਦੇ ਕੰਮ ਕਰ ਰਹੇ ਨੇ ਨੈਰੋ ਵਿੱਚ ਜਿਨ੍ਹਾਂ ਦੀ ਸਜੋਰ ਨੂੰ ਖਤਮ ਹੋ ਚੁੱਕੀ ਹੈ ਉਹਨਾਂ ਨੂੰ ਸਜੋਰ ਉਹ ਮਿਲੀ ਸੀਗੀ ਤੇ ਉਹ ਕੰਮ ਕਰ ਰਹੇ ਨੇ ਅਜ ਤੱਕ ਨੇਰੋ ਵਿੱਚ ਹੀ ਕਰੀ ਜਾ ਰਹੇ ਨੇ ਉਹ ਵੀ ਦਮੰਦਾ ਕਰ ਸਕਦੇ ਨੇ ਉਹਨਾਂ ਦਾ ਮਾਲਕ ਹੀ ਦਮੰਦਾ ਕਰੂਗਾ ਤੇ ਜਿਹੜੇ ਬਿਲਕੁਲ ਹੀ ਕੱਚੇ ਨੇ ਮਤਲਬ ਕਿ 2 ਨੰਬਰ ਦੇ ਆਏ ਹੋਏ ਨੇ ਜਿਵੇਂ ਕਿ ਕਹਿ ਲਓ ਡੋਂਕੀਆਂ ਲਾ ਕੇ ਉਹ ਕਰ ਸਕਦੇ ਨੇ ਦਮੰਦਾ ਜੇ ਕੰਮ ਕਰ ਰਹੇ ਨੇ ਜਾਂ ਕੰਮ ਕੀਤਾ ਹੋਇਆ ਉਹਨਾਂ ਨੇ ਪਰ ਇੱਥੇ ਇੱਕ ਬਹੁਤ ਵੱਡਾ ਵੱਟ ਆ ਉਹ ਇਹ ਹੈ ਕਿ ਜਿਹੜੇ ਵੀ ਇੱਥੇ ਕੱਚੇ ਬੰਦੇ ਨੇ ਉਹ ਜੇ ਕਦੀ ਉਹਨਾਂ ਦਾ ਕੰਟਰੋਲ ਹੋਇਆ ਜੇ ਕਿਸੇ ਦਾ ਵੀ ਕੰਟਰੋਲ ਹੋਇਆ ਆ ਉਹੀ ਪੱਕੇ ਹੋਣਗੇ ਜਿਨ੍ਹਾਂ ਦਾ ਕੋਈ ਕੰਟਰੋਲ ਨਹੀਂ ਹੋਇਆ 8 ਮਾਰਚ 2020 ਤੋਂ ਪਹਿਲਾਂ ਉਹ ਸ਼ਾਇਦ ਪੱਕੇ ਨਾ ਹੋਣ ਬਾਕੀ ਅਜੇ ਤੱਕ ਦਿਖਰੇ ਤੋਂ ਆਇਆ ਨਹੀਂ ਹੈਗਾ ਜਦੋਂ ਆਜੂਗਾ ਪੂਰਾ ਆਫੀਸ਼ੀਅਲੀ ਆਜੂਗਾ ਜੋ ਕੀ ਕਹਿ ਰਹੇ ਨੇ ਅੱਗੇ ਕੁਝ ਘੰਟਿਆਂ ਤੱਕ ਆ ਰਿਹਾ ਹੈ ਬਾਕੀ ਸਰਕਾਰ ਕਹਿੰਦੀ ਕੋਚ ਦੇ ਹੁੰਦਾ ਕੁਛ ਹੈ ਜਦੋਂ ਆਜੂਗਾ ਉਹਦੇ ਵਿੱਚ ਮੈਂ ਫੇਰ ਵੀ ਪੜਾਂਗਾ ਜੇ ਕੱਲ ਤੱਕ ਅਗਲੇ ਮੈਂ ਕੱਲ ਤੱਕ ਪੜ ਕੇ ਇੱਕ ਵੀਡੀਓ ਹੋਰ ਪਾ ਦਾਂਗਾ ਬਾਕੀ ਦੇਖਦੇ ਆਂ ਆਸ ਕਰਦੇ ਆਂ ਤੇ ਜਿਹੜੇ ਕੰਟਰੋਲ ਨਹੀਂ ਹੋਏ ਉਹਨਾਂ ਨੂੰ ਵੀ ਪੱਕਾ ਕਰ ਦਿਆ ਨੇ ਇਹ ਤੇ ਦੂਜਾ ਪੁਆਇੰਟ ਜੀ ਉਹ ਹੈ ਕਿ ਜਿਹੜੇ ਆਪਣੇ ਫੋਰਨਰ ਇੱਥੇ ਸੀਗੇ ਜਿਨ੍ਹਾਂ ਦੀ ਸਜੋਰ ਨੂੰ ਸੀਗੀ ਲੇਕਿਨ ਕੰਮ ਨਹੀਂ ਸੀਗਾ ਉਹਨਾਂ ਦੀ ਸਜੋਰ ਨੂੰ 31 ਅਕਤੂਬਰ ਨੂੰ ਖਤਮ ਹੋ ਗਈ ਹੈ ਜਾਂ ਖਤਮ ਹੋਣ ਵਾਲੀ ਹੈ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਕਿ 9 ਮਹੀਨੇ ਦੇ ਕਾਗਜ਼ਾਂ ਤੇ ਆਏ ਸੀਗੇ ਹੋਣ ਨਵੇਂ ਨਵੇਂ ਤੇ ਉਨ੍ਹਾਂ ਦੀ ਸਜੂਰ ਨੂੰ ਖਤਮ ਹੋ ਗਈ ਹੈ ਤੇ 8 ਮਾਰਚ ਤੋਂ ਉਹ 8 ਮਾਰਚ ਦੀ ਜਿਹੜੀ 2020 ਦੀ ਡੇਟ ਹੈ ਉਹ ਤੋਂ ਪਹਿਲਾਂ ਪਹਿਲਾਂ ਉਹ ਇਟਲੀ ਤੋਂ ਬਾਹਰ ਨਹੀਂ ਗਏ ਮਤਲਬ ਕਿ ਇਟਲੀ 'ਚ ਹੀ ਰਹਿ ਰਹੇ ਨੇ ਉਹ ਇੱਕ ਟੈਂਪਰਰੀ ਸਜੂਰ ਨੂੰ ਲੈ ਸਕਦੇ ਨੇ ਨਮਾ ਕਮਲ ਬਣ ਲਈ ਜੇ ਦਾ ਕੀ ਟਾਈਮ ਹੋਊਗਾ 6 ਮਹੀਨੇ ਜਿਹੜੀ ਬੈਲਨੋਵਾ ਨੇ ਕਿਹਾ ਸੀ ਕਿ 6 ਮਹੀਨੇ ਦਿਓ ਜਾਂ 3 ਮਹੀਨੇ ਜੋ ਕਿ ਕਈ ਹੋਰ ਮinistr ਕਹਿ ਰਹੇ ਨੇ ਤੇ 1 ਸਾਲ ਦੀ ਵੀ ਹੋ ਸਕਦੀ ਹੈ ਬਾਕੀ ਅਜੇ ਤੱਕ ਦਿਖ ਰਿਹਾ ਹੈ ਤੋ ਜਦ ਤੱਕ ਨਹੀਂ ਹੁੰਦਾ ਆਫੀਸ਼ੀਅਲੀ ਉਹਦੇ ਵਿੱਚ ਪਤਾ ਲੱਗੂਗਾ ਕਿੰਨੇ ਟਾਈਮ ਲਈ ਮਿਲਣੀ ਆ ਬਟ ਇਹ ਬੰਦਿਆਂ ਨੇ ਜਿਨੇ ਸਜੋਰਨੋ ਅਪਲਾਈ ਕਰਨੀ ਹੈ ਟੈਂਪਰੇਰੀ ਉਹਨਾਂ ਨੂੰ ਸ਼ੋਅ ਕਰਨਾ ਪੈਣਾ ਕਿ ਉਹਨਾਂ ਨੇ ਇਟਲੀ ਵਿੱਚ ਇੰਨਾ ਜਿੰਨਾ ਟਾਈਮ ਉਹ ਇਟਲੀ 'ਚ ਰਹਿ ਰਹੇ ਨੇ ਉੱਚ ਕੰਮ ਕੀਤਾ ਹੋਇਆ ਉਹਨਾਂ ਨੇ ਮਤਲਬ ਕਿ ਜਿਹੜੀ ਉਹਨਾਂ ਕੋਲ ਪਹਿਲੇ ਸਜੋਰਨੋ ਸੀਗੀ ਉਸ ਸਜੋਰਨੋ ਤੇ ਉਹਨਾਂ ਨੇ ਇੱਥੇ ਕੰਮ ਕੀਤਾ ਹੋਇਆ ਰੈਗੂਲਰ ਫੇਰ ਹੀ ਉਹਨਾਂ ਨੂੰ ਟੈਂਪਰੇਰੀ ਸਜੋਰਨੋ ਮਿਲੂਗੀ ਅਗਲੀ ਤੇ ਜਿਹੜੇ ਖੇਤਰ ਕੰਮ ਦੇ ਖੇਤਰ ਇੰਨਾ ਇਸ ਲਾਅ ਵਿੱਚ ਆਉਂਦੇ ਨੇ ਉਹ ਕਿਹੜੇ ਨੇ ਐਗਰੀਕਲਚਰ ਹੋ ਗਿਆ ਪਸ਼ੂ ਪਾਲਣ ਦਾ ਕੰਮ ਹੋ ਗਿਆ ਜਿਹੜੇ ਕਿ ਸਟਾਲਿਆਂ 'ਚ ਕੰਮ ਕਰਦੇ ਨੇ ਜਾਂ ਮੱਛੀ ਫੜਨ ਦਾ ਕੰਮ ਹੋ ਗਿਆ ਜਾਂ ਮੱਛੀ ਪਾਲਣ ਦਾ ਕੰਮ ਹੋ ਗਿਆ ਜਾਂ ਜਿਹੜੇ ਘਰ ਵਿੱਚ ਤੇ ਕੇਅਰ ਦਾ ਕੰਮ ਕਰਦੇ ਸੀਗੇ ਉਹ ਤੇ ਜਾਂ ਜਿਹੜੇ ਹੋਰ ਕੋਈ ਕੰਮ ਦੇ ਘਰ ਛੋਟੇ-ਮੋਟੇ ਕੰਮ ਕਰਦੇ ਸੀ ਜਾਂ ਬੇਬੀ ਸਿਟਰ ਹੋ ਗਿਆ ਜਾਂ ਕੋਈ ਵੀ ਕੰਮ ਡੋਮੈਸਟਿਕ ਕੰਮ ਹੋ ਜਾਂਦਾ ਉਹ ਕਰ ਸਕਦੇ ਨੇ ਅਪਲਾਈ ਤੇ ਦੁਮੰਦਾ ਕਦੋਂ ਕਰ ਸਕਦੇ ਨੇ ਜੀ ਦੁਮੰਦਾ 1 ਜੂਨ ਤੋਂ 15 ਜੁਲਾਈ ਤੱਕ ਹੋਊਗਾ ਤੇ ਇਹਦੀ ਫੀਸ ਜੇ ਤੁਹਾਡਾ ਮਾਲਕ ਜੇਕਰ ਤੁਸੀਂ ਕੰਮ ਕਰ ਰਹੇ ਹੋ ਉਹ ਤੋਂ ਰਿਡੋਕੂਮੈਂਟ ਭਰਦਾ ਉਹਨੂੰ 400 0 ਦੇਣਾ ਪਊਗਾ ਜੀ ਇਮਸ ਨੂੰ ਕੰਟਰੀਬੁਟੀ ਦੇਣੀ ਪਊਗੀ ਇੱਕ ਤੇ ਜੇ ਤੁਸੀਂ ਆਪ ਦੂਜਾ ਪੁਆਇੰਟ ਜਿਹੜਾ ਦੂਜੇ ਮੈਂ ਦੂਜੇ ਨੰਬਰ ਦੱਸਿਆ ਜਿਹੜਾ ਦੂਜਾ ਭਾਗ ਹੈ ਇਹਦਾ ਪਹਿਲਾ ਭਾਗ ਤੇ ਕੰਮ ਵਾਲਾ ਹੋ ਗਿਆ ਮਾਲਕ ਜਿਹੜੇ ਕੰਮ ਕਰਦੇ ਨੇ ਦੂਜਾ ਭਾਗ ਜਿਹੜੇ ਕੰਮ ਨਹੀਂ ਕਰਦੇ ਨੇ ਉਹ ਜੇ ਉਹ ਆਪ ਕਰਦੇ ਨੇ ਉਹਨਾਂ ਨੂੰ 160 ਯੂਰੋ ਭਰਨੇ ਪੈਣਗੇ ਤੇ ਜੀ ਜਿਹੜੇ ਬੰਦੇ ਦਮਾਂਦਾ ਨਹੀਂ ਕਰ ਸਕਦੇ ਉਹ ਉਹ ਨੇ ਜਿਨ੍ਹਾਂ ਦੇ ਕਿਸੇ ਵੀ ਢੰਗ ਦਾ ਕੋਈ ਵੀ ਢੰਗ ਦਾ ਕੇਸ ਚੱਲ ਰਿਹਾ ਜਾਂ ਕਿਸੇ ਨੂੰ ਡਿਪੋਰਟ ਕੀਤਾ ਗਿਆ ਸੀਗਾ ਤੇ ਉਹ ਮੁੜ ਕੇ ਇਟਲੀ ਆਇਆ ਹੋਇਆ ਉਹ ਬੰਦੇ ਦਮਾਂਦਾ ਨਹੀਂ ਕਰ ਸਕਦੇ ਤੇ ਜੇ ਉਹ ਦਮਾਂਦਾ ਕਰਨਗੇ ਉੱਚ ਆਪਣੀ ਰੋਂਗ ਇਨਫੋਰਮੇਸ਼ਨ ਲਿਖਣਗੇ ਤੇ ਸਰਕਾਰ ਕੋ ਕੋਈ ਪ੍ਰੂਫ ਮਿਲ ਗਿਆ ਕਿ ਇਹ ਬੰਦਾ ਪਹਿਲੇ ਵੀ ਇੱਥੇ ਹੀ ਆ ਚੁੱਕਿਆ ਆ ਜਾਂ ਇਹਦੇ ਤੇ ਇੱਕ ਕੇਸ ਚੱਲ ਰਿਹਾ ਉਹਦਾ ਜਿਹੜਾ ਦਮਾਂਦਾ ਹੈ ਉਹ ਰਿਜੈਕਟ ਕਰ ਦਿੱਤਾ ਜਾਏਗਾ ਤੇ ਜੀ ਮੈਂ ਜਿੱਦਾਂ ਕਿ ਤੁਹਾਨੂੰ ਪਹਿਲੇ ਦੱਸਿਆ ਸੀਗਾ ਕਿ ਪਹਿਲੇ ਮੈਂ ਕੱਲ ਦੀ ਰਿਪੋਰਟ ਪਾ ਰਿਆ ਸੀਗਾ ਤੇ ਅੱਜ ਨਵੀਂ ਰਿਪੋਰਟ ਵੀ ਮੈਂ ਇਕੱਠੀ ਪਾਤੀ ਇਹ ਦੋਨੇ ਇਕੱਠੀਆਂ ਪਾਤੀਆਂ ਨੇ ਤੇ ਇਹਨਾਂ ਵਿੱਚ ਕੁਛ ਨਾ ਕੁਝ ਡਿਫਰੈਂਸ ਤੇ ਜ਼ਰੂਰ ਹੋਊਗਾ ਤੇ ਕੁਝ ਮੈਂ ਗਲਤ ਵੀ ਬੋਲ ਗਿਆ ਹੋਵਾਂਗਾ ਜੇ ਕੁਝ ਸਮਝ ਨਹੀਂ ਆਈ ਹੋਗੀ ਜਾਂ ਕੁਝ ਮੈਂ ਗਲਤ ਬੋਲ ਗਿਆ ਹਾਂ ਤਾਂ ਮੈਨੂੰ ਮਾਫ਼ ਕਰਿਓ ਜੇ ਕੁਝ ਪੁੱਛਣਾ ਹੋਵੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਆਸ ਕਰਦਾ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਊਗੀ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਘੰਟੀ ਵਾਲੇ ਬਟਨ ਤੇ ਕਲਿੱਕ ਕਰਨਾ ਨਾ ਭੁੱਲਿਓ ਤਾਂ ਜੋ ਤੁਹਾਨੂੰ ਮੇਰੀ ਅਪਡੇਟ ਮਿਲਦੀ ਰਵੇ ਮਿਲਦੇ ਆ ਜੀ अर्ਲੀ ਅਪਡੇਟ ਚ ਤਤਾਲੀ ਤੁਸੀਂ ਆਪਣਾ ਖਿਆਲ ਰੱਖਿਓ ਵਾਈਗੋ ਜੀ ਦਾ ਖਾਲਸਾ ਵਾਈਗੋ ਜੀ ਕੀ ਫਤਹ